ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣੇ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ ਬਟਾਲੇ ਦੇ DC ਵਿੱਚ ਹੋਈ ਤਕਰਾਰ ਤੋਂ ਬਾਅਦ ਬੈਂਸ ਦੇ ਵਿਰੁੱਧ ਮਾਮਲਾ ਦਰਜ ਹੋਣ ਤੋਂ ਬਾਅਦ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਅੱਜ ਸੰਗਰੂਰ DC ਦਫ਼ਤਰ ਦੇ ਨਜ਼ਦੀਕ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਸਵੰਤ ਸਿੰਘ ਗੱਜਣ ਮਾਜਰਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਆਗੂਆਂ ਨੇ ਕਿਹਾ ਕਿ ਜੇ ਇਹ ਪਰਚਾ ਕੈਂਸਲ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਵਿੱਚ ਲੋਕ ਇਨਸਾਫ ਪਾਰਟੀ ਦੇ ਆਗੂ ਸੜਕਾਂ 'ਤੇ ਆ ਜਾਣਗੇ ਅਤੇ ਇਸ ਦੇ ਵਿਰੁੱਧ ਵੱਡਾ ਸੰਘਰਸ਼ ਕਰਨ ਵਿੱਚ ਉਹ ਪਿੱਛੇ ਨਹੀਂ ਹਟਣਗੇ। ਵਿਸ਼ੇਸ਼ ਰਿਪੋਰਟ ਅਮਨਦੀਪ ਸਿੰਘ ਮਾਝਾ, ਮਾਲਵਾ, MBTV। ਪ੍ਰਧਾਨ ਸਿਮਰਜੀਤ ਸਿੰਘ ਬੈਂਸ ਲੋਕ ਹਿੱਤ ਖਾਤਰ ਅਤੇ ਬਟਾਲੇ ਦੇ ਵਿੱਚ ਬਹੁਤ ਵੱਡਾ ਮਨੁੱਖੀ ਕਹਿਰ ਵਾਪਰਿਆ। ਪ੍ਰਸ਼ਾਸਨ ਦੀ ਗਲਤੀ ਕਾਰਨ ਉੱਥੇ 23 ਮੌਤਾਂ ਹੋ ਗਈਆਂ, ਜਿਨ੍ਹਾਂ ਦੇ ਪਰਿਵਾਰਾਂ ਲਈ ਕੋਈ ਵੀ ਸਰਕਾਰ ਵੱਲੋਂ ਰਾਹਤ ਨਹੀਂ ਸੀ ਮਿਲਦੀ, ਬਲਕਿ ਇੱਕ ਪਰਿਵਾਰ ਦਾ ਇੱਕ ਵਿਅਕਤੀ ਦਾ ਖੁਦ ਪਿਤਾ ਜੀ ਦੀ ਲਾਸ਼ ਗੁੰਮ ਹੋ ਚੁੱਕੀ ਸੀ ਅਤੇ ਜਦੋਂ ਉਹਨੇ ਸਾਡੇ ਕੋਲ ਫਰਿਆਦ ਕੀਤੀ ਅਸੀਂ ਪ੍ਰਸ਼ਾਸਨ ਕੋਲ ਇਹ ਗੱਲ ਕਰੀ ਤਾਂ ਉਲਟਾ ਪ੍ਰਸ਼ਾਸਨ ਨੇ ਸਾਨੂੰ ਵੀ ਨਿਰਾਹ ਦਿੱਤਾ ਅਤੇ ਉਹਨਾਂ ਨੂੰ ਕਹਿੰਦਾ ਤੁਸੀਂ ਕਮਰੇ ਤੋਂ ਬਾਹਰ ਹੋ ਜਾਓ। ਅਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੁਆ ਕਾਰਨ, ਕਿਉਂਕਿ ਉਹਨੇ ਸਿੱਧਾ ਹੀ ਮੰਨ ਲਿਆ ਵੀ ਮੈਂ ਪਰਚਾ ਕਰਾਇਆ ਅਤੇ ਸਿੱਧੀ ਸਰਕਾਰ ਨੇ ਬੈਂਸ ਸਾਹਿਬ ਅਤੇ ਸਾਡੀ ਪਾਰਟੀ ਦੇ ਜੋ ਪਰਚਾ ਕਰਾਇਆ ਅਤੇ ਉਹ ਇੱਕ ਸਿਆਸੀ ਬਦਲਾਖੋਰੀ ਆ, ਅਸੀਂ ਉਸ ਦੇ ਅਗੇਂਸਟ ਅੱਜ ਕੈਪਟਨ ਸਰਕਾਰ ਦਾ ਪੁਤਲਾ ਫੂਕਾ। ਅੱਜ ਦਾ ਮੁੱਦਾ ਕੋਈ ਦੱਸਣ ਦੀ ਲੋੜ ਨਹੀਂ, ਸਾਰੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ 'ਤੇ ਮੀਡੀਆ 'ਚ ਕੀ ਹਾਹਾਕਾਰ ਮੱਚੀ ਹੋਈ ਹੈ, ਪਰ ਹਾਹਾਕਾਰ ਮੱਚਣ ਦਾ ਕਾਰਨ ਕੋਈ ਪਰਚਾ ਨਹੀਂ ਹੈ। ਹਾਹਾਕਾਰ ਮੱਚਣ ਦਾ ਕਾਰਨ ਹੈ ਜਿਹੜਾ ਇੱਕ ਕੈਪਟਨ ਨੇ ਸਿਆਸੀ ਬਦਲਾਖੋਰੀ ਕਰਦੇ ਹੋਏ ਇੱਕ ਝੂਠਾ ਪਰਚਾ ਦਰਜੀ ਅਤੇ ਜਿਹਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਲੋਕਾਂ ਦੇ ਜਿਹੜੇ ਮਨ ਦੀ ਖੱਟੀ ਆਵਾਜ਼ ਆ ਉਹ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸੋਸ਼ਲ ਮੀਡੀਆ ਦੇ ਉੱਪਰ ਸੁਣਨ ਨੂੰ ਮਿਲ ਰਹੀ ਹੋਊ। ਪਿਛਲੇ ਦਿਨੀ ਇੱਕ ਭ੍ਰਿਸ਼ਟ DC ਨੂੰ ਜਿਹਦੀ ਅਣਗਹਿਲੀ ਕਰਕੇ ਕਿੰਨੀਆਂ ਕੀਮਤੀ ਜਾਨਾਂ ਚਲੀਆਂ ਗਈਆਂ, ਜਦੋਂ ਬੈਂਸ ਸਾਹਿਬ ਪੀੜਤ ਪਰਿਵਾਰਾਂ ਨੂੰ ਲੈ ਕੇ ਉਹਦੇ ਕੋਲ ਪਹੁੰਚੇ ਵੀ ਯਾਰ ਤੂੰ ਇਹਨਾਂ ਦੀ ਗੱਲ ਸੁਣ, ਕਾਰਨ ਕੀ ਸੀ? ਇੱਕ ਵਿਅਕਤੀ ਜਿਹਦੀ ਮੀਡੀਆ ਨੇ ਫੋਟੋ ਤਸਵੀਰ ਜਾਰੀ ਕੀਤੀ ਉਹਦੀ ਲਾਸ਼ ਦੀ, ਪਰ ਉਹ ਲਾਸ਼ ਮਿਲ ਨਹੀਂ ਰਹੀ। ਬੈਂਸ ਸਾਹਿਬ ਜਦੋਂ DC ਕੋਲ ਪਰਿਵਾਰ ਵਾਰ ਵਾਰ ਕਹਿੰਦੇ, DC ਨੇ ਬੇਇੱਜ਼ਤ ਕੀਤਾ ਉਹਨਾਂ ਨੂੰ, ਅਤੇ ਜਦੋਂ ਬੈਂਸ ਸਾਹਿਬ ਉਹਨਾਂ ਨੂੰ ਲੈ ਕੇ ਪਹੁੰਚੇ ਤਾਂ ਉਹਨਾਂ ਨੂੰ ਕਹਿ ਰਿਹਾ ਵੀ ਬਾਹਰ ਨਿਕਲੋ, ਮੇਰੇ ਦਫ਼ਤਰ ਚੋਂ ਬਾਹਰ ਨਿਕਲੋ। ਇਹ ਭਾਸ਼ਾ ਇੱਕ DC ਪੀੜਤ ਪਰਿਵਾਰ ਨਾਲ ਵਰਤਿਆ ਅਤੇ ਬੈਂਸ ਸਾਹਿਬ ਨੇ ਇੰਨੀ ਕਿਹਾ ਵੀ ਇਹ ਲੋਕਾਂ ਦਾ ਦਫ਼ਤਰ ਹੈ, ਤੇਰੇ ਬਾਪ ਦੀ ਤੇਰੇ ਪਿਓ ਦੀ ਜਗੀਰ ਨਹੀਂ ਹੈਗੀ, ਸੰਗਤ ਦਾ ਦਫ਼ਤਰ ਹੈ ਅਤੇ ਤੂੰ ਪਬਲਿਕ ਸਰਵੈਂਟ ਆ, ਤੂੰ ਤਮੀਜ਼ ਨਾਲ ਗੱਲ ਕਰ। ਉਹਦੇ 'ਤੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਨੇ ਸੋਚਿਆ ਵੀ ਇੱਕ ਤੀਰ 'ਚ ਮੈਂ ਦੋ ਨਿਸ਼ਾਨੇ ਕਰਾਂ। 19 ਤਰੀਕ ਨੂੰ ਜਿਹੜੀ ਬੈਂਸ ਸਾਹਿਬ ਵੱਲੋਂ ਲੁਧਿਆਣਾ ਸਿਟੀ ਸੈਂਟਰ ਦੇ ਅਪਰੋਚ, ਜਿਹਨੂੰ ਜਾਂਦਿਆਂ ਦੇ ਅਕਾਲੀ ਮਿੱਟੀ ਪਾ ਕੇ ਗਏ ਸੀ, ਉਹਨੂੰ ਦੁਬਾਰਾ ਰੀਓਪਨ ਕੀਤਾ ਜਾ ਰਿਹਾ ਕੇਸ ਅਤੇ ਹਾਈ ਕੋਰਟ ਦੇ ਵਿੱਚ ਉਹਦੀ ਹੀਅਰਿੰਗ ਆ। ਕੈਪਟਨ ਨੇ ਸੋਚਿਆ ਵੀ ਇੱਕ ਤੀਰ 'ਚ ਮੈਂ ਦੋ ਨਿਸ਼ਾਨੇ ਕਰ ਲੂੰਗਾ, ਨਾਲੇ ਬੈਂਸ ਸਾਹਿਬ 19 ਤਰੀਕ ਵਾਲੇ ਉਸ ਮਸਲੇ ਤੋਂ ਜਿਹੜਾ ਉਹਦੇ ਨਾਲ ਐਬਸੈਂਟ ਹੋ ਜਾਣਗੇ ਅਤੇ ਨਾਲੇ ਜਿਹੜੇ ਮੇਰੇ ਪ੍ਰਸ਼ਾਸਨਿਕ ਭ੍ਰਿਸ਼ਟ ਅਧਿਕਾਰੀ ਨੇ ਮੈਂ ਇਹਨਾਂ ਨੂੰ ਬਚਾ ਲੂੰਗਾ। ਅਤੇ ਦੋ ਕਾਰਨਾਂ ਕਰਕੇ ਕੈਪਟਨ ਸਾਹਿਬ ਨੇ ਝੂਠਾ ਪਰਚਾ ਦਿੱਤਾ, ਔਰ ਇਹਦੀ ਤਕਸੀਮ ਜਿਹੜੀ ਤਸਦੀਕ ਹੈ ਇਸ ਗੱਲ ਦੀ ਉਹ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਆਪ ਮੀਡੀਆ 'ਚ ਬਿਆਨ ਦੇ ਕੇ ਕੀਤੀ। ਅਤੇ ਸਾਡਾ ਇੱਕੋ ਮੰਗ ਹੈ ਵੀ ਇਹ ਜਿਹੜਾ ਪਰਚਾ ਨੇ ਇਮੀਡੀਏਟਲੀ ਵਾਪਸ ਲਿਆ ਜਾਵੇ ਅਤੇ ਜਿਹੜੇ ਬਣਦਾ ਉੱਥੇ ਪ੍ਰਸ਼ਾਸਨ ਹੈ ਅਧਿਕਾਰੀ ਨੇ ਜਿਨ੍ਹਾਂ ਦੀ ਅਣਗਹਿਲੀ ਕਰਕੇ ਹਾਦਸਾ ਵਾਪਰਿਆ ਉਹਨਾਂ ਦੇ ਪਰਚਾ ਦਿੱਤਾ ਜਾਵੇ।